बीजेपी पार्टी वालों ये पार्टी ने कोशिश की थी ते इनू बॉडी नू इन्हां दे घर तक पहुंचाया। डोंकी ला के अमरीका जाते समय मैक्सीको हाईवे उपर वापरे हादसे दौरान नौजवान की हुई सी मौत। ते सरकारां नू भी चाहिदा कि जिहड़ा इत्थे साडे भारत दा पंजाब दा जिहड़ा सिस्टम है। अज 25 दिनां बाद पिंड पहुंची मृतक दे एमपी साहब दे नाल गल करके एमपी साहब दे पीए नाल गल करके बीती 5 अगस्त के करीब पिंड बागड़िया के नौजवान गुरपाल सिंह पुत्र बलविंदर सिंह की डोंकी के रास्ते अमरीका जाते समय मैक्सीको के एक हाईवे उपर वापरे बस हादसे दौरान मौत हो गई सी। गुरपाल सिंह की मृतक दे लगभग 25 दिन बाद उसके जद्दी पिंड बागड़िया विखे पहुंची। गुरपाल सिंह अपने मापिया का इकलौता पुत्र सी अते पोस्ट ग्रेजुएशन तक की पढ़ाई हासिल करके बेरोजगार सी। ਉਹ ਇੱਕ ਏਜੰਟ ਰਾਹੀਂ ਅਮਰੀਕਾ ਦੇ ਲਈ ਰਵਾਨਾ ਹੋਇਆ ਸੀ ਪਰ ਬਦਕਿਸਮਤੀ ਨਾਲ ਜਿਸ ਬੱਸ ਰਾਹੀਂ ਉਹ ਡੋਂਕੀ ਲਾ ਕੇ ਅਮਰੀਕਾ ਜਾ ਰਿਹਾ ਸੀ ਉਹ ਬੱਸ ਮੈਕਸੀਕੋ ਦੇ ਇੱਕ ਹਾਈਵੇ 'ਤੇ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਗੁਰਪਾਲ ਸਿੰਘ ਤੋਂ ਇਲਾਵਾ ਹੋਰ 6 ਭਾਰਤੀ ਵੀ ਮਾਰੇ ਗਏ। ਗੁਰਪਾਲ ਸਿੰਘ ਦੀ ਲਾਸ਼ ਪਿੰਡ ਪਹੁੰਚਣ 'ਤੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਵਿੱਚ ਗਮਗੀਨ ਮਾਹੌਲ ਛਾਇਆ ਹੋਇਆ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਕਾਦੀਆਂ ਦੇ ਇੰਚਾਰਜ ਗੁਰ ਇਕਬਾਲ ਸਿੰਘ ਮਾਹਲ, ਠਾਕੁਰ ਬਲਰਾਜ ਸਿੰਘ ਕਿਸਾਨ ਆਗੂ, ਗੁਰਪ੍ਰੀਤ ਸਿੰਘ ਭਾਜਪਾ ਆਗੂ, ਅਜੇ ਚੰਦੇਲ ਕਿਸਾਨ ਆਗੂ, ਨਿਸ਼ਾਨ ਸਿੰਘ ਮੇਹੜੇ ਨੇ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਿੱਚ ਅਸਫਲ ਰਹੀ, ਇਸ ਲਈ ਨੌਜਵਾਨ ਮੈਕਸੀਕੋ ਅਤੇ ਪਨਾਮਾ ਦੇ ਜੰਗਲਾਂ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਭਾਜਪਾ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ ਗੁਰਪਾਲ ਸਿੰਘ ਦੀ ਲਾਸ਼ ਮਾਪਿਆਂ ਕੋਲ ਪਹੁੰਚੀ ਹੈ। ਇਸ ਮੌਕੇ ਗੁਰਪਾਲ ਸਿੰਘ ਦਾ ਦੁਪਹਿਰ ਦੇ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ। ਹਨੂਮਾਨ ਮੰਡਲ ਅਧਿਅਕਸ਼ ਮੇਰੇ ਕੋਲ 7 ਤਰੀਕ ਨੂੰ ਆਏ ਸੀਗੇ ਔਰ ਇਹਨਾਂ ਦੇ ਸੁਮਿੰਦਰ ਸਿੰਘ ਜਿਹੜੇ ਇਹਨਾਂ ਦੇ ਬੇਟੇ ਦੇ ਚਾਚਾ ਜੀ ਨੇ ਉਹ ਮੇਰੇ ਕੋਲ ਆਏ। ਉਹਨਾਂ ਦੇ ਆਉਣ ਦੇ ਉੱਪਰ ਹੀ ਇਹ ਸਾਰੀ ਕਾਰਵਾਈ ਹੋਈ ਹੈ। ਮੈਂ ਉਹਨਾਂ ਦੀ ਬਾਡੀ ਨੂੰ ਮੰਗਵਾਉਣ ਵਾਸਤੇ ਜਿੱਥੇ ਤੱਕ ਕੋਸ਼ਿਸ਼ ਹੋਈ ਕਰਕੇ ਐਮਪੀ ਸਾਹਿਬ ਦੇ ਨਾਲ ਗੱਲ ਕਰਕੇ ਐਮਪੀ ਸਾਹਿਬ ਦੇ ਪੀਏ ਨਾਲ ਗੱਲ ਕਰਕੇ ਸਾਡੇ ਵਿਦੇਸ਼ ਮੰਤਰੀ ਜਿਹੜੇ ਜੈਸ਼ੰਕਰ ਜੀ ਉਹਨਾਂ ਦੇ ਨਾਲ ਗੱਲ ਕਰਕੇ ਕਿ ਬਾਡੀ ਨੂੰ ਇੱਥੇ ਵਾਪਸ ਮੰਗਾਇਆ ਗਿਆ ਔਰ ਇਸ ਇਹਨੂੰ ਘੱਟੋ ਘੱਟ ਬਹੁਤ ਨਹੀਂ 20 ਦਿਨ ਦਾ ਟਾਈਮ ਲੱਗ ਗਿਆ ਬਾਡੀ ਇੱਥੇ ਲਿਆਉਣ ਦੇ, ਜੋ ਕਿ ਇਹਨਾਂ ਕੋਲੋਂ ਪਰਿਵਾਰ ਕੋਲੋਂ ਖਰਚਾ ਮੰਗ ਰਹੇ ਸੀ ਕੋਈ ਤਕਰੀਬਨ 15 ਤੋਂ 18 ਲੱਖ ਰੁਪਇਆ, ਜੋ ਕਿ ਇਹਨਾਂ ਦਾ ਕੋਈ ਖਰਚਾ ਨਹੀਂ ਆਉਣ ਦਿੱਤਾ। ਇਸ ਪਾਰਟੀ ਮਤਲਬ ਬੀਜੇਪੀ ਪਾਰਟੀ ਵੱਲੋਂ ਇਹ ਪਾਰਟੀ ਨੇ ਕੋਸ਼ਿਸ਼ ਕੀਤੀ ਅਤੇ ਇਹਨੂੰ ਬਾਡੀ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਇਆ। ਮੈਂ ਗੁਰਪ੍ਰਤਾਪ ਸਿੰਘ ਜੀ, ਪੁਰਾਣਾ ਛੱਲਾ ਕਿਸਾਨ ਆਗੂ। ਅੱਜ ਆਪਾਂ ਖੜ੍ਹੇ ਹਾਂ ਬਾਗੜੀਆਂ ਪਿੰਡ ਦੇ ਵਿੱਚ। ਇੱਥੇ ਸਾਡਾ ਨੌਜਵਾਨ ਵੀਰ ਜਿਹੜਾ ਲਗਭਗ 25 ਦਿਨ ਪਹਿਲਾਂ ਅਮਰੀਕਾ ਦੇ ਬਾਰਡਰ ਦੇ ਉੱਤੇ ਬੱਸ ਪਲਟਣ ਕਰਕੇ ਜਿਹੜਾ ਉਹਦੀ ਮੌਤ ਹੋ ਗਈ ਸੀ, ਉਦੋਂ ਤੋਂ ਜਿਹੜਾ ਪਰਿਵਾਰ ਸੀ ਬੜੀ ਵੱਡੀ ਪਰੇਸ਼ਾਨੀ ਅਤੇ ਇਲਾਕੇ ਦੇ ਵਿੱਚ ਬੜਾ ਵੱਡਾ ਸੋਗ ਸੀ ਸਾਰੇ ਇਲਾਕੇ ਦੇ ਵਿੱਚ। ਅੱਜ ਉਹਦੀ ਮ੍ਰਿਤਕ ਦੇਹ ਜਿਹੜੀ ਆ ਪਿੰਡ ਪਹੁੰਚੀ ਹੈ, ਅੱਜ ਉਹਦੇ ਸੰਸਕਾਰ ਵਾਸਤੇ ਜਾ ਰਹੇ ਹਾਂ। ਬੜੀ ਦੁਖਦਾਈ ਜਿਹੜੀ ਹੈ ਪੰਜਾਬ ਵਾਸਤੇ, ਇੱਕ ਬੜਾ ਦੁਖਾਂਤ ਹੈ ਵੱਡਾ ਕਿ ਨੌਜਵਾਨੀ ਜਿਹੜੀ ਹੈ ਉਹ ਪਹਿਲਾਂ ਬਾਹਰ ਚਲੀ ਗਈ ਅਤੇ ਜਿਹੜੀ ਜਾ ਰਹੀ ਹੈ ਉਹ ਰਸਤੇ ਦੇ ਵਿੱਚ ਜਿਹੜੀ ਆਪਣੇ ਇਸ ਤਰ੍ਹਾਂ ਜ਼ਿੰਦਗੀਆਂ ਗਵਾ ਰਹੀ ਹੈ। ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜਾ ਇੱਥੇ ਸਾਡੇ ਭਾਰਤ ਦਾ ਪੰਜਾਬ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਸੁਧਾਰ ਕਰਕੇ ਅਤੇ ਨੌਜਵਾਨਾਂ ਨੂੰ ਇੱਥੇ ਜਿਹੜੀ ਹੈ ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ, ਨਾ ਕਿ ਇਸ ਤਰ੍ਹਾਂ ਜਿਹੜਾ ਮਾਪਿਆਂ ਦਾ ਵੀ ਇੰਨਾ ਮਾਤਾ ਪਿਤਾ ਦਾ ਜੋ ਬੁਰਾ ਹਾਲ ਹੋ ਰਿਹਾ ਅਤੇ ਨੌਜਵਾਨੀ ਜਿਹੜੀ ਰੋਲ ਰਹੀ ਹੈ ਉਹਦੇ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ।